ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾ ਫਿਲਮਸ ਨੂੰ। ਦਾ ਫਿਲਮ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਕਹਿੰਦੀ ਹੈ ਜਦੋਂ ਕੋਈ ਕਿਸੇ ਨੂੰ ਯਾਦ ਕਰਦਾ ਨਾ ਤਾਂ ਨਿੱਛਾਂ ਆਉਂਦੀਆਂ ਰਹਿੰਦੀਆਂ, ਅਤੇ ਸਾਰੀ ਦੁਨੀਆ ਦੇ ਵਿੱਚ ਇੱਕ ਨਾਮ ਤਾਂ ਇੰਨਾ ਜ਼ਿਆਦਾ ਲਿਆ ਜਾਂਦਾ ਨਾ, ਮੈਨੂੰ ਲੱਗਦਾ ਨਿੱਛਾਂ ਹੀ ਮਾਰਦੇ ਰਹਿੰਦੇ ਹੋਣੀ ਆ। ਜਾਨੀ 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 ਉਹ ਖੜੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰੇ ਵੱਲੋਂ ਕਿੰਨੀਆਂ ਕੁ ਨਿੱਛਾਂ ਆਉਂਦੀਆਂ ਤੁਹਾਨੂੰ ਪਤਾ ਹੀ ਹੈ। ਕੀ ਹਾਲ ਚਾਲ ਹੈ? ਬਸ ਬਹੁਤ ਵਧੀਆ, ਤੁਸੀਂ ਸੁਣਾਓ। ਹਾਂਜੀ, ਅੱਜ ਕਿਵੇਂ ਸਬੱਬ ਬਣਿਆ, ਇੱਥੇ ਕਿਵੇਂ ਆਏ ਅਤੇ ਕਾਹਦੇ ਲਈ ਆਏ? ਇੱਥੇ ਸਾਡਾ ਦੋਸਤ ਆ ਬਹੁਤ ਪਿਆਰਾ, ਹਰਮਨ ਬੂਟਰ, ਉਹਦੀ ਕੰਪਨੀ ਰਿਪਲ ਮਿਊਜ਼ਿਕ ਦਾ ਪਹਿਲੀ ਐਲਬਮ ਜੱਟ ਨੇਸ਼ਨ ਦੀ ਪ੍ਰੈਸ ਕਾਨਫਰੰਸ ਆ, ਅਤੇ ਜਸ ਬਾਜਵਾ ਨੇ ਸਾਰੇ ਗਾਣੇ ਗਾਇਆ ਅਤੇ ਬਾਈ ਦੀ ਐਲਬਮ ਆ, ਅਤੇ ਉਹਨਾਂ ਨੂੰ ਗੁੱਡ ਵਿਸ਼ਸ ਦੇਣ ਲਈ ਅਤੇ ਸਪੋਰਟ ਕਰਨ ਲਈ ਅਸੀਂ ਇੱਥੇ ਆਏ। ਜਾਨੀ ਜੀ ਦੀ ਗੱਲ ਹੁੰਦੀ ਹੈ ਨਾ, ਅਤੇ ਅੱਜ ਕੱਲ੍ਹ ਤੁਸੀਂ ਇੱਕ ਇਨੀਸ਼ੀਏਟਿਵ ਲੈ ਰਹੇ ਹੋ ਦੇਸੀ ਮੈਲੋਡੀਜ਼ ਲਈ, ਬਹੁਤ ਕੰਗਰੈਚੁਲੇਸ਼ਨ। ਉਹਦੇ ਨਾਲ ਇੱਕ ਤੁਸੀਂ ਲੋਕਾਂ ਦੀ ਸੋਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ। ਉਸ ਤੋਂ ਪਹਿਲੇ ਆਪਣੀ ਸੋਚ ਤੁਸੀਂ ਕਿੰਨੀ ਬਦਲੀ ਸੀਗੀ, ਜਾਂ ਫਿਰ ਉਹ ਉਸ ਤਰ੍ਹਾਂ ਦੀ ਸੀਗੀ ਅਤੇ ਹੁਣ ਸਾਹਮਣੇ ਆ ਰਹੀ ਹੈ? ਮੈਨੂੰ ਲੱਗਦਾ ਮੈਂ ਹਾਲੇ ਸਟਾਰਟ ਹੀ ਕੀਤਾ ਇੱਕ ਦੋ ਸਾਲਾਂ ਤੋਂ, ਕਿ ਦੇਖੋ ਮੈਂ ਪਿਆਰ ਬਾਰੇ ਲੋਕਾਂ ਦੀ ਸੋਚ ਥੋੜ੍ਹੀ ਵਾਈਡ ਕਰ ਸਕਾਂ, ਮੈਨੂੰ ਲੱਗੂਗਾ ਕਿ ਮੈਂ ਬਹੁਤ ਵਧੀਆ ਚੀਜ਼ ਕਰਤੀ ਆ। ਆਉਣ ਵਾਲੇ ਇੱਕ ਦੋ ਸਾਲਾਂ 'ਚ ਪਤਾ ਲੱਗੂਗਾ ਕਿ ਮੈਂ ਆਪਣੇ ਆ ਗੋਲ 'ਚ, ਆਪਣੇ ਟਾਰਗੇਟ 'ਚ ਕਿੰਨਾ ਕਾਮਯਾਬ ਹੋ ਪਾਇਆ। ਮੈਂ ਚਾਹੁੰਦਾ ਕਿ ਜਿਹੜੇ ਨਜ਼ਰੀਏ ਨਾਲ ਪਿਆਰ ਨੂੰ ਮੈਂ ਦੇਖਦਾ, ਮੇਰੇ ਵਾਂਗੂ ਹੋਰ ਵੀ ਦੇਖਣ ਲੋਕ। ਹਾਂ, ਉਹ ਨਜ਼ਰੀਆ ਮੈਂ ਇੱਦਾਂ ਨਹੀਂ ਦੱਸ ਸਕਦਾ, ਉਹ ਨਜ਼ਰੀਆ ਗਾਣਿਆਂ 'ਚ ਪਤਾ ਲੱਗੂਗਾ। ਹਾਂਜੀ, ਤੁਹਾਡੀ ਜਿਹੜੀ ਇਹੀ ਵਿਜ਼ਨ ਹੈ ਨਾ, ਉਹ ਬਹੁਤ ਪ੍ਰੋਪਰਲੀ ਟੀਵੀ ਦੇ ਉੱਤੇ ਜਾਂ ਗਾਣਿਆਂ ਦੇ ਵਿੱਚ ਉਤਰਦੀ ਹੈ, ਉਹਦੇ ਪਿੱਛੇ ਕਿੰਨੀ ਮਿਹਨਤ ਰਹਿੰਦੀ ਹੈ ਅਤੇ ਉਹ ਕਿੱਦਾਂ ਸਕਸੈਸਫੁਲ ਹੁੰਦੀ ਹੈ? ਨਹੀਂ, ਮੈਂ ਅਕਸਰ ਕਹਿੰਦਾ ਹੁੰਦਾ ਕਿ ਗਾਣਾ ਤੁਹਾਡਾ ਰਿਲੇਟੇਬਲ ਹੋਣਾ ਚਾਹੀਦਾ, 5 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬਜ਼ੁਰਗ ਤੱਕ ਸਾਰਿਆਂ ਨੂੰ ਇੱਦਾਂ ਲੱਗਣਾ ਚਾਹੀਦਾ ਕਿ ਮੇਰੀ ਗੱਲ ਆ, ਅਤੇ ਕਿਉਂਕਿ ਕਦੇ ਨਾ ਕਦੇ ਕਿਸੇ ਨਾ ਕੁਛ ਨਾ ਕੁਛ ਹੋਇਆ ਹੀ ਹੁੰਦਾ ਹੈ ਨਾ, ਅਤੇ ਮੈਨੂੰ ਲੱਗਦਾ ਜਿਹੜਾ ਗਾਣਾ ਰਿਲੇਟੇਬਲ ਆ, ਉਹ ਉਹਦੇ 'ਚ ਜਿਹਦੇ 'ਚ ਇਕੱਲਾ ਲਫ਼ਜ਼ ਲੋਕ ਕਹਿਣ ਵੀ ਇਹ ਤਾਂ ਮੈਂ ਕਦੇ ਬੋਲਿਆ ਸੀ ਜਾਂ ਮੈਂ ਕਦੇ ਕਿਸੇ ਤੋਂ ਸੁਣਿਆ ਸੀ, ਉਹ ਸਭ ਤੋਂ ਵਧੀਆ ਚੀਜ਼ ਆ, ਅਤੇ ਉੱਦਾਂ ਹੀ ਜਾਣਾ ਚਾਹੀਦਾ। ਮੈਂ ਤੁਹਾਡੇ ਗਾਣਿਆਂ ਦੀ ਲਿਸਟ ਨਾ ਇੰਨੀ ਲੰਬੀ ਹੋ ਚੁੱਕੀ ਹੈ, ਕਿਹੜੇ ਗਾਣੇ ਨਾਲ ਤੁਸੀਂ ਆਪਣੇ ਆਪ ਨੂੰ ਰਿਲੇਟ ਕਰਦੇ? ਮੈਂ ਹੁਣ ਜੇ ਤੁਸੀਂ ਜਵਾਬ ਦੇ ਦਿੱਤਾ ਇਸ ਗੱਲ ਦਾ ਕਿ ਇੰਨੀ ਲੰਬੀ ਹੋ ਚੁੱਕੀ ਹੈ, ਜੇ ਤੁਸੀਂ ਮੈਨੂੰ ਇਹ 2-2.5 ਸਾਲ ਪਹਿਲਾਂ ਪੁੱਛਦੇ ਤਾਂ ਮੈਂ ਤੁਹਾਨੂੰ ਆਨਸਰ ਦੇ ਸਕਦਾ ਸੀ, ਹੁਣ ਮੇਰੇ ਕੋਲ ਸੱਚੀ ਆਨਸਰ ਨਹੀਂ ਹੈ ਇਸ ਗੱਲ ਦਾ, ਕਿਉਂਕਿ ਮੈਨੂੰ ਕਦੇ ਕਿਹੜਾ ਗਾਣਾ ਬੈਸਟ ਲੱਗਣ ਲੱਗ ਜਾਂਦਾ, ਕਦੇ ਕਿਹੜਾ, ਕਦੇ 4 ਸਾਲ ਪੁਰਾਣਾ ਮੈਨੂੰ ਲੱਗਣ ਲੱਗ ਜਾਂਦਾ, ਮੈਂ ਵਧੀਆ ਲਿਖਿਆ ਸੀ ਸੁਣੋ, ਕੋਈ ਉਹ ਨਹੀਂ। ਆਪਣੀ ਪਰਸਨੈਲਿਟੀ ਨਾਲ ਕੋਈ ਐਸਾ ਹੈਗਾ ਜਿਹੜਾ ਰਿਲੇਟ ਕਰਦੇ ਹੋ? ਮੈਂ ਉਹੀ ਤਾਂ ਕਹਿ ਰਿਹਾ, ਮੇਰੀ ਹੁਣ ਪਰਸਨੈਲ ਮੇਰੀਆਂ ਵੀ ਇੱਕ ਬੰਦੇ ਦੀ ਇੱਕ ਪਰਸਨੈਲਿਟੀ ਨਹੀਂ ਹੁੰਦੀ, ਮੈਨੂੰ ਲੱਗਦਾ ਮੇਰੀਆਂ 2-3 ਪਰਸਨੈਲਿਟੀਆਂ ਨੇ, ਅਤੇ ਮੈਂ ਗਾਣੇ ਵੀ 2-3 ਤਰੀਕੇ ਦੇ ਕਰਦਾ, ਸੁਸਾਈਡ ਵੀ, ਰੋਮਾਂਟਿਕ ਵੀ, ਬੀਟ ਵੀ, ਤਾਂ ਹਰ ਗਾਣਾ ਮੇਰੇ ਹਿਸਾਬ ਨਾਲ ਆ, ਜੇ ਮੇਰੇ ਹਿਸਾਬ ਨਾਲ ਨਹੀਂ ਹੋਊਗਾ ਮੈਂ ਲਿਖੂੰਗਾ ਹੀ ਕਿਉਂ। ਹਾਂ, ਤੁਸੀਂ ਆਪਣੇ ਨਾਮ ਨੂੰ ਬਹੁਤ ਨਾ ਛੁਪਾ ਕੇ ਰੱਖ ਰਹੇ ਹੋ ਕਿ ਮੈਂ ਪੂਰਾ ਨਾਮ ਨਹੀਂ ਦੱਸਦਾ, ਉਹ ਕਿਉਂ ਨਹੀਂ ਦੱਸਦੇ? ਨਹੀਂ, ਬਸ ਮੈਂ ਸ਼ੁਰੂ ਤੋਂ ਸੋਚਿਆ ਸੀ ਮੈਂ ਦੱਸਣਾ ਨਹੀਂ, ਬਿਕੋਜ਼ ਮੈਨੂੰ ਮੇਰਾ ਨਾਮ ਨਹੀਂ ਵਧੀਆ ਲੱਗਦਾ, ਅਤੇ ਮੈਂ 2013 ਤੋਂ ਸ਼ੇਅਰ ਕਰ ਰਿਹਾ ਹਰ ਇੱਕ ਇੰਟਰਵਿਊ 'ਚ ਕਿ ਮੈਂ, ਮੇਰੇ ਤੋਂ ਨਾਮ ਨਾ ਪੁੱਛੋ ਕਿਉਂਕਿ ਮੈਂ ਨਾਮ ਕਦੇ ਦੱਸਣਾ ਨਹੀਂ ਗਾ, ਕਿਉਂਕਿ ਮੈਨੂੰ ਕਿਉਂਕਿ ਜਾਨੀ 'ਚ ਕਿਸੇ ਨੂੰ ਕੋਈ ਤਕਲੀਫ ਹੋਣੀ ਨਹੀਂ ਚਾਹੀਦੀ, ਕਿਉਂਕਿ ਵਧੀਆ ਗਾਣਾ, ਵਧੀਆ ਨਾਮ ਆ। ਉਸ ਰੀਅਲ ਨੇਮ ਤੋਂ ਜਾਨੀ ਤੱਕ ਦੀ ਜਰਨੀ ਮੈਂ ਦੱਸ ਰਿਹਾ ਨਾ, ਵੀ ਤੁਸੀਂ ਰਹਿਣ ਦਿਓ, ਮੈਂ ਕਦੇ 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 ਦੱਸ ਹੀ ਨਹੀਂ ਸਕਦਾ, ਮੈਂ ਛੱਡੋ, ਮੈਂ ਕੁਛ ਬੋਲਦਾ ਤਾਂ ਹੋਰ ਰਿਵੀਲ ਹੋ ਜਾਂਦਾ, ਰਹਿਣ ਦਿਓ। ਮੈਨੂੰ ਲੱਗਦਾ ਤੁਹਾਡਾ ਅਸਲੀ ਨਾਮ ਦੱਸਣ ਦੇ ਬੈਟਿੰਗ ਸ਼ੁਰੂ ਹੋ ਜਾਣੀ ਹੈ ਬਾਲੀਵੁੱਡ ਦੇ ਵਿੱਚ। ਮੈਂ ਦੱਸ ਨਹੀਂ ਸਕਦਾ ਜੀ। ਜਿਹੜਾ ਤੁਹਾਡਾ ਰੀਅਲ ਨੇਮ ਹੈ ਨਾ, ਉਦੋਂ ਲੈ ਕੇ ਜਾਨੀ ਤੱਕ ਦੀ ਜਰਨੀ ਕਿਹੋ ਜਿਹੀ ਸੀਗੀ? ਬਹੁਤ ਮਜ਼ੇਦਾਰ ਸੀ, ਜਦੋਂ ਮੇਰਾ ਰੀਅਲ ਜਦੋਂ ਮੈਂ ਆਪਣੇ ਰੀਅਲ ਨਾਮ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਸੀਗਾ, ਉਦੋਂ ਬਿਲਕੁਲ ਡਿਫਰੈਂਟ ਸੀਗੀ, ਇੱਕ ਸਟੂਡੈਂਟ ਲਾਈਫ ਸੀ ਮੇਰੀ, ਅਤੇ ਜਿਸ ਦਿਨ ਹੀ ਮੈਂ ਆਪਣਾ ਨਾਮ ਚੇਂਜ ਕੀਤਾ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਚੇਂਜ ਹੋ ਗਈ, ਕਿ ਪਤਾ ਨਹੀਂ ਕਈ ਵਾਰੀ ਕੁਦਰਤ ਸੁਣਦੀ ਹੁੰਦੀ ਹੈ, ਅਤੇ ਮੈਂ ਜਿਸ ਦਿਨ ਆਪਣਾ ਨਾਮ ਚੇਂਜ ਕੀਤਾ ਮੇਰੀ ਲਾਈਫ ਵੀ ਚੇਂਜ ਸੀਗੀ ਉਸਦਾ। ਉਹੀ ਨਾਮ ਪੂਰੀ ਦੁਨੀਆ ਕੋਲੋਂ ਸੁਣ ਕੇ ਕੀ ਲੱਗਦਾ? ਬਹੁਤ ਹੀ ਜ਼ਿਆਦਾ ਵਧੀਆ ਲੱਗਦਾ, ਇੱਕ ਤਾਂ ਨਾਮ ਇੰਨਾ ਵਧੀਆ, ਮੈਨੂੰ ਮੈਂ ਆਪਦੇ ਨਾਮ ਬਹੁਤ ਜ਼ਿਆਦਾ ਅਪਸੈਸਡ ਹਾਂ ਮੈਂ ਆਪਣੇ ਨਾਮ ਨਾਲ, ਜਦੋਂ ਕੋਈ ਨਾਮ ਲੈਂਦਾ ਸਪੈਸ਼ਲੀ ਗਾਣਾ 'ਚ ਆਉਂਦਾ ਤਾਂ ਆਈ ਫੀਲ ਵੈਰੀ ਰੀਅਲੀ ਰੀਅਲੀ ਗੁੱਡ ਕਿ ਹਾਂ ਵਧੀਆ। ਤੁਹਾਨੂੰ ਬਹੁਤ ਪਿਆਰ ਕਰਦੇ ਨੇ, ਉਮੀਦ ਕਰਦੇ ਹਾਂ ਕਰਦੇ ਰਹਿਣ, ਅਤੇ ਆਉਣ ਵਾਲੇ ਟਾਈਮ 'ਚ ਕਿਹੜੇ ਐਸੇ ਗਾਣੇ ਨੇ ਜਿਹੜੇ ਪੂਰੇ ਧਮਾਲਾ ਪਾਉਣ ਲੱਗੇ? ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ 2019 ਦੇ ਐਂਡ ਤੱਕ ਮੋਰ ਦੈਨ 30 ਸੌਂਗਸ ਨੇ ਬੋਲੀਵੁੱਡ ਦੇ, ਅਤੇ ਇੱਧਰ ਪੰਜਾਬ ਦੇ ਸਾਰੇ ਗਾਣੇ ਮਿਲਾ ਕੇ ਤੁਹਾਨੂੰ ਲੱਗ ਜਾਣਾ, ਆਡੀਅੰਸ ਨੂੰ ਹੌਲੀ ਹੌਲੀ ਪਤਾ ਲੱਗਣਾ। ਹਾਂਜੀ, ਇੱਕ ਚੀਜ਼ ਨਾ ਮੇਰੇ ਜ਼ਿਹਨ 'ਚ ਹਰ ਵਾਰੀ ਆਉਂਦੀ ਹੈ ਕਿ ਜਿਹੜੀ ਬੋਲੀਵੁੱਡ ਦੀ ਫਿਲਮਾਂ ਦੀ ਗੱਲ ਕਰੀਏ ਨਾ, ਤਾਂ ਉਹਦੇ ਵਿੱਚ ਪੰਜਾਬੀ ਤੜਕਾ ਬਹੁਤ ਜ਼ਿਆਦਾ ਲੱਗ ਰਿਹਾ, ਤਾਂ ਤੁਹਾਨੂੰ ਲੱਗਦਾ ਉਹਦੇ ਵਿੱਚ ਇੰਡਸਟਰੀ ਡਿਵਾਈਡ ਹੋ ਜਾਂਦੀ ਹੈ, ਉਹ ਅਟੈਨਸ਼ਨ ਸਾਡੇ ਵੱਲੋਂ ਘੱਟ ਕੇ ਉੱਧਰ ਜਾ ਰਹੀ ਹੈ ਜਾਂ ਇੱਥੇ ਉਨੀ ਹੀ ਹੈ, ਜਾਂ ਕੋਈ ਫਰਕ ਪੈਂਦਾ? ਨਹੀਂ, ਤੁਸੀਂ ਇਹ ਦੇਖੋ ਨਾ ਆਪਣੀ ਲੈਂਗੁਏਜ ਕਿੰਨੀ ਜ਼ਿਆਦਾ, ਜਿਹੜੇ ਨੌਨ ਪੰਜਾਬੀ ਬੰਦੇ ਨੇ, ਨੌਨ ਪੰਜਾਬੀ ਲੋਕ ਨੇ, ਉਹ ਪੰਜਾਬੀ ਸੁਣ ਰਹੇ ਨੇ ਅਤੇ ਪੰਜਾਬੀ ਗਾਣੇ ਸਮਝਣ ਲਈ ਪੰਜਾਬੀ ਸਿੱਖ ਰਹੇ ਨੇ ਜਾਂ ਆਪਣੇ ਸਰਕਲ ਤੋਂ ਸਿੱਖ ਰਹੇ ਨੇ, ਉਹ ਆਪਣੇ ਕਲਚਰ ਲਈ, ਆਪਣੀ ਪੰਜਾਬੀਅਤ ਲਈ, ਆਪਣੀ ਮਾਂ ਭਾਸ਼ਾ ਲਈ ਕਿੰਨੀ ਵਧੀਆ ਗੱਲ ਆ ਕਿ ਗਾਣਿਆਂ ਦੇ ਜ਼ਰੀਏ ਲੋਕ ਪੰਜਾਬੀ ਸਿੱਖ ਰਹੇ ਨੇ, ਅਟੈਚ ਹੋ ਰਹੇ ਨੇ, ਲੋਕਾਂ
ਸਾਰਿਆਂ ਲਈ ਵਧੀਆ ਲੱਗਾ ਨਾਲ ਗੱਲ ਕਰਕੇ ਆਲ ਦ ਵੈਰੀ ਬੈਸਟ ਥੈਂਕ ਯੂ ਸੋ ਮਚ ਥੈਂਕ ਯੂ ਇਹ ਸੀਗੇ ਜੀ ਜਾਨੀ ਜੀ ਇਹਨਾਂ ਦੀ ਲਿਖਾਵਟ ਹਰ ਵਾਰੀ ਦਿਲ ਨੂੰ ਛੂੰਦੀ ਹੈ ਇੱਦਾਂ ਹੀ ਅਸੀਂ ਵੀ ਤੁਹਾਨੂੰ ਨਵੀਂ ਨਵੀਂ ਵੀਡੀਓਜ਼ ਦਿੰਦੇ ਰਹਾਂਗੇ ਦੇਖਦੇ ਰਹੋ ਦਾ ਫਿਲਮ ਸਤਿ ਸ਼੍ਰੀ ਅਕਾਲ ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾਹ ਫਿਲਮਸ ਨੂੰ